ਹਾਂਜੀ ਕਿੱਦਾਂ ਸਾਰੇ ਤੇ ਵੀਡੀਓ ਆ ਜੀ ਵੀਡੀਓ ਚ ਤੁਹਾਡੇ ਨਾਲ ਇੱਕ ਸ਼ਿਕਵਾ ਮੇਰਾ ਸਾਰਿਆਂ ਨਾਲ ਤੇ ਸੁਣਿਓ ਸਾਰੀ ਧਿਆਨ ਨਾਲ ਧਿਆਨ ਤੇ ਤੁਸੀਂ ਇਹ ਕਰਨਾ ਭਈ ਹਾਂ ਭਈ ਜੋ ਵੀ ਇਹ ਕਹਿੰਦਾ ਸਹੀ ਆ ਜਾਂ ਨਹੀਂ ਆ ਸ਼ੁਰੂ ਕਰਦੇ ਹਾਂ ਮੈਨੂੰ ਨਾ ਮੇਰੇ ਘਰਦਿਆਂ ਤੋਂ ਸੱਚੀ ਦੱਸਾਂ ਕਹਿੰਦੇ ਹਰ ਇੱਕ ਦੇ ਘਰ ਦੇ ਕਹਿੰਦੇ ਹੁੰਦੇ ਭਈ ਤੈਨੂੰ ਕੀ ਲੋੜ ਆ ਹਨਾ ਇੰਨੀ ਦੁਨੀਆ ਭਈ ਤੂੰ ਕਾਤੇ ਪਿਆ ਐ ਇਦਾਂ ਕਰਨ ਹਨਾ ਭਈ ਚਲ ਵੀਡੀਓ ਪਾਉਣਾ ਆ ਭਈ ਤੂੰ ਹਨਾ ਭਈ ਜੋ ਵੀ ਲੀਡਰਾਂ ਦਾ ਹੋਇਆ ਜੋ ਹੋਇਆ ਸੋ ਹੋਇਆ ਭਈ ਹਨਾ ਤੈਨੂੰ ਕੀ ਆ ਤੇ ਦੱਖੋ ਜੀ ਇਸ ਵੀਡੀਓ ਚ ਕਾਂਗਰਸ ਦੇ ਪਰਿਵਾਰ ਦੇ ਕਾਰਨਾਮੇ ਤੁਹਾਨੂੰ ਦਿਖਾਉਣਾ ਹੈ ਜੀ ਸ਼ੇਅਰ ਕਰਦੇ ਹੋ ਚਲਦੀ ਚਲਦੀ ਗਰੁੱਪਾਂ 'ਚ ਵੀ ਕਰਦੇ ਹੋ ਸਾਰੇ ਰਜੀਵ ਗਾਂਧੀ ਦੇ 30 ਜੁਲਾਈ 1987 ਨੂੰ ਸ਼੍ਰੀਲੰਕਾ 'ਚ ਦੇਖ ਸਕਦੇ ਆ ਇਹਨਾਂ ਦੀ ਨੇਵੀ ਵਾਲੇ ਨੂੰ ਸਲੂਟ ਦਿੰਦੇ ਸੀ ਤੇ ਇੱਕ ਬੰਦੇ ਨੇ ਇਹਨੂੰ ਇਸ ਤਰ੍ਹਾਂ ਮਾਰਨ ਦੀ ਕੋਸ਼ਿਸ਼ ਕੀਤੀ ਸੀ 30 ਜੁਲਾਈ 1987 ਨੂੰ ਚਲੋ ਬਾਅਦ 'ਚ 4-5 ਸਾਲ ਬਾਅਦ ਹੀ ਨਹੀਂ ਆ ਮਾਰੇ ਹੀ ਦਿੱਤਾ ਸੀ ਸ਼੍ਰੀਲੰਕਾ ਵਾਲਿਆਂ ਨੇ ਇਹਨੂੰ ਤੁਹਾਨੂੰ ਪਤਾ ਹੀ ਆ ਸਾਰਾ ਹਨਾ ਤੇ ਇਹ ਦੇਖੋ ਜੀ ਤੋ ਕੰਮੇ ਛਤਰਾਂ ਵਾਲੇ ਕਰਨੇ ਭਰਾਵੋ ਇਦਾਂ ਹੀ ਹੁਣੀ ਆ ਇਹ ਦੇਖ ਸਕਦੇ ਆ ਇਸ ਦੀ YouTube ਤੇ ਵੀਡੀਓ ਵੀ ਆ ਤੇ ਇਸ ਨੇ ਕੋਸ਼ਿਸ਼ ਕੀਤੀ ਬੰਦੇ ਨੇ ਇਸ ਨੂੰ ਰਜੀਵ ਗਾਂਧੀ ਨੂੰ ਇਸ ਤਰ੍ਹਾਂ ਮਾਰਨ ਦੀ ਤੇ ਪਰ ਸਕਸੈਸ ਨਹੀਂ ਹੋਈ ਸੀ ਹਨਾ ਤੇ ਅੱਗੇ ਹੋਰ ਦਿਖਾਉਣੇ ਤੁਹਾਨੂੰ ਤੇ ਦੇਖੋ ਸ਼੍ਰੀਮਤੀ ਇੰਦਰਾ ਗਾਂਧੀ ਜੀ ਅੜੀਸਾ ਚ ਨਾਸਾਂ ਪਣਵਾ ਬੈਠੇ ਸੀਗੇ ਵੀ ਉਹੀ ਕੰਮ ਸ਼ੁਰੂ ਤੋਂ ਇਹਨਾਂ ਦੇ ਕੰਮ ਛਤਰਾਂ ਵਾਲੇ ਰਹੇ ਆ ਕਦੀ ਕਿਤੇ ਉਹ ਪਏ ਕਦੀ ਕਿਤੇ ਉਹ ਪਏ ਤੇ ਅੱਗੇ ਦਿਖਾਉਣਾ ਤੁਹਾਨੂੰ ਤੇ ਕਈ ਵਾਰ ਮੇਰਾ ਇਹ ਗੱਲਾਂ ਕੁਝ ਦਸੀਆਂ ਵੀ ਮਤਲਬ ਇਹ ਜਿਹੜੀ ਅੱਜ ਦੀ ਵੀਡੀਓ ਚ ਕੁਝ ਗੱਲਾਂ ਮੈਂ ਪਿੱਛੇ ਵੀ ਦੱਸੀਆਂ ਹੋਈਆਂ ਪਰ ਕੁਝ ਗੱਲਾਂ ਨਵੀਆਂ ਵੀ ਆ ਸੋ ਕਈਆਂ ਨੂੰ ਲੱਗਣਾ ਵੀ ਇਹ ਤਾਂ ਦੱਸੀਆਂ ਹੀ ਆ ਧਿਆਨ ਨਾਲ ਪੂਰੀ ਵੀਡੀਓ ਦੇਖ ਲਿਓ ਤੇ ਹੁਣ ਮੈਂ ਇੱਕ ਦੱਸਦਾ ਵੀ ਮੈਂ ਕੀ ਰੌਲਾ ਪਾਉਣਾ ਰਹਿਣਾ ਵੀ ਮੈਂ ਵੀ ਸੋਚਦਾ ਹੁੰਦਾ ਯਾਰ ਮੈਨੂੰ ਕੀ ਲੋੜ ਆ ਹਨਾ ਜਿੱਥੇ ਇੰਨੇ ਲੱਖ ਕਰੋੜ ਪੰਜਾਬੀ ਚੁੱਪ ਬੱਡੇ ਸਾਨੂੰ ਕੀ ਹੈ ਨਾ ਵੀ ਮੈਂ ਕਿਹੜਾ ਇੱਥੇ ਮੋਰੇ ਲੀਡਰ ਹੀ ਲੈਣੀ ਕੁਰਸੀ ਲੈਣੀ ਕੋਈ ਭੋਲਾनाथ पांडे ਦਵਿੰਦਰ पांडे ਨੇ ਹਨਾ ਦੋ ਬੰਦਿਆਂ ਨੇ ਇੰਦਰਾ ਗਾਂਧੀ ਨੂੰ 78 ਚ ਜੇਲ੍ਹ ਚੋਂ ਛਡਾਉਣ ਲਈ ਇੱਕ ਪਲੇਨ ਹਾਈਜੈਕ ਕੀਤਾ ਸੀ ਓਕੇ ਜੀ ਇਹ ਸੁਣੀ ਹੋਣੀ ਤੁਸੀਂ ਕਈਆਂ ਨੇ ਮੇਰੀ ਪਹਿਲਾਂ ਦੀ ਗੱਲ ਹਨਾ ਤੇ ਹੁਣ ਤੁਹਾਨੂੰ ਦੱਸਦਾ ਤੇ ਹਾਂਜੀ 29 ਜੁਲ 29 ਸਤੰਬਰ 1981 ਨੂੰ ਇਹ ਜੋ ਸਿੰਘ ਬੈਠੇ ਤੁਸੀਂ ਦੇਖ ਸਕਦੇ ਹੋ ਹਨਾ ਇਹ ਜੇਲ੍ਹ ਦੀ ਤਸਵੀਰ ਹੈ ਕੋਟ ਲਖਪਤ ਜੇਲ੍ਹ ਲਾਹੌਰ ਦੀ ਤੇ ਇਹਨਾਂ ਨੇ ਵੀ ਸੇਮ ਜਿਸ ਤਰ੍ਹਾਂ ਉਹ ਨਹੀਂ ਭੋਲਾਨਾਥ ਪਾਂਡੇ ਦਵਿੰਦਰ ਪਾਂਡੇ ਨરેਂ드ਰਾ ਗਾਂਧੀ ਨੂੰ ਛਡਾਉਣ ਲਈ ਦਸੰਬਰ 78 ਚ ਪਲੇਨ ਹਾਈਜੈਕ ਕੀਤਾ ਸੀ ਸਿੰਘਾਂ ਨੇ ਵੀ ਇਸ ਤਰ੍ਹਾਂ ਕੀਤਾ ਸੀਗਾ ਸਤੰਬਰ ਹੈ 19 29 ਸਤੰਬਰ 1981 ਨੂੰ ਹਨਾ 80 81 ਨੂੰ ਤੇ ਪਰ ਉਹ ਜਿਨੇ ਇੰਦਰਾ ਗਾਂਧੀ ਲਈ ਪਲੇਨ ਹਾਈਜੈਕ ਕੀਤਾ ਉਹਨੂੰ ਐਮ ਐਲ ਏ ਐਮ ਪੀ ਦੀਆਂ ਟਿਕਟਾਂ ਤੇ ਇਹਨਾਂ ਪੰਜਾਂ ਸਿੰਘਾਂ ਦੀ ਜ਼ਿੰਦਗੀ ਇਹ ਪੰਜ ਛੇ ਗਜੇਂਦਰਾ ਸਿੰਘ ਸਤਨਾਮ ਸਿੰਘ ਹੋਰ ਹਨਾ ਇਹਨਾਂ ਬਾਰੇ ਸਾਨੂੰ ਕਿਸੇ ਪੰਜਾਬੀ ਨੂੰ ਪਤਾ ਹੀ ਨਹੀਂ ਹੁਣਾ ਆਪਾਂ ਆਪਣੇ ਨਿਆਣਿਆਂ ਨੂੰ ਕੀ ਦੱਸਣਾ ਹਨਾ ਤੇ ਦੇਖ ਸਕਦੇ ਆ ਤੇ ਇਹਨਾਂ ਚੋਂ ਕਈ ਤਾਂ ਵਾਪਸ ਆਈ ਨਹੀਂ ਇੰਡੀਆ ਪਾਕਿਸਤਾਨ ਹੀ ਰਹਿ ਗਏ ਜੋ ਵੀ ਹੈ ਨਾ ਜੋ ਇੰਡੀਆ ਇਹ ਮਤਲਬ ਉਹਨਾਂ ਦੀ ਜ਼ਿੰਦਗੀ ਰੁਲ ਗਈ ਇੱਕ ਕਿਸਮ ਦੀ ਭਈ ਤੁਸੀਂ ਇਹ ਦੇਖੋ ਸਰਕਾਰ ਦੀ ਭਈ ਮਤਲਬ ਭਈ ਦੋਗਲੀ ਨੀਤੀ ਦੇਖੋ ਉਹਨੇ ਵੀ ਸੇਮ ਹੀ ਪਲੇਨ ਹਾਈਜੈਕ ਕੀਤਾ ਸੀ ਉਹਨਾਂ ਨੂੰ ਐਮਪੀ ਐਮਐਲਏ ਬਣਾਤਾ ਮੈਂ ਨਹੀਂ ਕਹਿੰਦਾ ਭਈ ਇਹਨਾਂ ਨੂੰ ਸਿੰਗਾ ਨੂੰ ਐਮਪੀ ਐਮਐਲਏ ਬਣਾਇਆ ਜਾਂਦਾ ਪਰ ਉਹਨਾਂ ਨੂੰ ਕਿਉਂ ਐਮਪੀ ਐਮਐਲਏ ਬਣਾਇਆ ਗਿਆ ਤੇ ਇਹਨਾਂ ਦੀ ਜ਼ਿੰਦਗੀ ਰੁਲ ਗਈ ਸਮਝਦੇ ਨਾ ਮੈਂ ਕੀ ਕਹਿਣਾ ਚਾਹੁੰਦਾ ਤੇ ਸਾਨੂੰ ਛੇ ਦੀ ਕਿਸੇ ਨੂੰ ਪਤਾ ਹੋਵੇ ਪਈ ਇਹ ਕੌਣ ਸੀ ਕੀ ਇਹਨਾਂ ਦੇ ਨਾਂ ਸੀ ਕੀ ਇਹਨਾਂ ਦੇ ਨਾਲ ਹੋਇਆ ਹਨਾ ਤੇ ਦਿਖਾਣਾ ਹੋਰ ਤੇ ਆ ਖਬਰ ਮੇਰੇ ਦਿਲ ਚ ਕਦੋਂ ਦੀ ਰੜਕਦੀ ਸੀ ਮੈਂ ਹਨਾ ਮੈਨੂੰ ਯਕੀਨ じゃ ਨਹੀਂ ਸੀ ਮੈਂ ਕਹਿੰਦਾ ਯਾਰ ਇਦਾਂ ਨਹੀਂ ਹੋ ਸਕਦਾ ਪਰ ਮੈਂ ਜਦੋਂ ਵੈਰੀਫਾਈ ਕੀਤਾ ਕਈ ਜਗ੍ਹਾ ਤੋਂ ਜਿਨ੍ਹਾਂ ਸਰੋਤਾਂ ਤੇ ਮੈਨੂੰ ਯਕੀਨ ਆਏ ਨਹੀਂ ਵੀ ਖਬਰ ਪੜ੍ਹੀ ਤੇ ਚੱਕ ਕੇ ਪਾਤੀ ਪਹਿਲੀ ਗੱਲ ਇਹ ਦੱਸ ਦਵਾਂ ਵਿਕੀਪੀਡੀਆ ਕੋਈ ਵੀ ਐਡਿਟ ਕਰ ਸਕਦਾ ਵਿਕੀਪੀਡੀਆ ਤੇ ਜੋ ਲਿਖਿਆ ਹੁੰਦਾ ਉਹ ਸੱਚ ਨਹੀਂ ਹੁੰਦਾ ਮੈਂ ਵਿਕੀਪੀਡੀਆ ਤੋਂ ਤਾਂ ਖਬਰਾਂ ਚੱਕਦਾ ਹੀ ਨਹੀਂ ਹੈਨਾ ਮਤਲਬ ਜਦੋਂ ਤੱਕ ਮੈਨੂੰ ਯਕੀਨ ਨਹੀਂ ਹੁੰਦਾ ਤੇ ਇਹ ਅੱਜ ਜਦੋਂ ਵੀ ਇਹ ਨਹਿਰੂ ਪਰਿਵਾਰ ਗਾਂਧੀ ਪਰਿਵਾਰ ਗਿਆ ਕਾਬਲ ਤੇ ਬਾਬਰ ਦੀ ਜਿਹੜੀ ਉੱਥੇ ਬਣਾਈ ਉਹ ਵੀ ਉੱਥੇ ਜ਼ਰੂਰ ਦਰਸ਼ਨ ਕਰਕੇ ਆਇਆ ਮੈਨੂੰ ਯਕੀਨ ਨਹੀਂ ਸੀ ਇਹ ਗਵਤ ਤੇ 2-3 ਸਾਲ ਤੋਂ ਮੇਰੇ ਮੋਰੇ ਆਈ ਜਾਂਦੀ ਆਈ ਜਾਂਦੀ ਹੈਨਾ ਪਰ ਇੱਕ ਗੱਲ ਆ ਇੰਦਰਾ ਗਾਂਧੀ ਦਾ ਖਾਸ ਬੰਦਾ ਸੀ ਨਟਵਰ ਸਿੰਘ ਤੇ ਉਹਦੀ ਕਿਤਾਬ ਆ 1 ਲਾਈਫ ਇਜ਼ ਨਾਟ ਇਨਾਫ ਆ ਤੇ ਜੇ ਕਿਸੇ ਦਾ ਸਮਾਂ ਮਿਲਿਆ ਸ਼ੌਂਕ ਹੋਇਆ ਕਿਸੇ ਨੂੰ ਪੜਨ ਦਾ ਤੇ ਇਹ ਕਿਤਾਬ ਜਰੂਰ ਪੜਿਓ ਉਚੂ ਨੇ ਆਪ ਮੈਂਸ਼ਨ ਕੀਤਾ ਕਿਉਂਕਿ ਉਹ ਵੀ ਉਹਦੇ ਨਾਲ ਹੀ ਗਿਆ ਸੀ ਉੱਥੇ ਹਨਾ ਵੀ ਬੰਦੇ ਨੇ ਯਾਰ ਕਿਤਾਬ ਚ ਕਹਦੇ ਝੂਠ ਲਿਖਣਾ ਹਨਾ ਬਾਕੀ ਨਹਿਰੂ ਵੀ ਜਦੋਂ ਗਿਆ ਉਹਦਾ ਵੀ ਲਿਖਿਆ ਸੀ ਵੀ ਉੱਥੇ ਬਾਬਰ ਦੇ ਜਾ ਕੇ ਆਇਆ ਹਨਾ 58 ਚ ਤੇਂਦਰਾ ਗਾਂਧੀ ਜਦੋਂ ਗਈ ਸਪੈਸ਼ਲ ਸਨ ਵੀ ਲਿਖਿਓ ਤੇ ਬਾਕੀ ਨਟਵਰ ਸਿੰਘ ਬਹੁਤ ਵੱਡਾ ਕਾਂਗਰਸੀ ਲੀਡਰ ਹੋਇਆ ਤੇ ਉਹਨੇ ਵੀ ਲਿਖਿਆ ਹਨਾ ਵੀ ਜਦੋਂ ਰਾਹੁਲ ਗਾਂਧੀ ਵੀ ਗਿਆ ਅਗਸਤ 2005 ਚ ਉਦੋਂ ਹਨਾ ਤੇ ਪਤਾ ਨਹੀਂ ਕੀ ਹਿਸਾਬ ਕਿਤਾਬ ਆ ਬਾਕੀ ਇਸ ਖਬਰ ਚ ਮੈਨੂੰ ਤਾਂ ਸਚਾਈ ਲੱਗਦੀ ਜਿੱਥੋਂ ਤੱਕ ਗਮਾ ਪਹਿਲਾਂ 2-3 ਸਾਲ ਪਹਿਲਾਂ ਮੈਂ ਇਹ ਖਬਰ ਕਦੀ ਨਹੀਂ ਸ਼ੇਅਰ ਕੀਤੀ ਮੈਨੂੰ ਯਕੀਨ ਜਿਆ ਨਹੀਂ ਸੀ ਹੁੰਦਾ ਪਿਆ ਹਨਾ ਹੁਣ ਜਦੋਂ ਪੂਰਾ ਯਕੀਨ ਹੋਇਆ ਤੇ ਤਾਂ ਸ਼ੇਅਰ ਕੀਤੀ ਆ ਹਨਾ ਤੇ ਬਾਕੀ ਨਟਵਰ ਸਿੰਘ ਦੀ ਕਿਤਾਬ ਚ ਤੁਸੀਂ ਦੇਖ ਸਕਦੇ ਹੋ ਕਿਤਾਬ ਵਨ ਲਾਈਫ ਇਜ਼ ਨਾਟ ਇਨਾਫ ਇਸ ਕਿਤਾਬ ਚ ਬਹੁਤ ਜਿਆਦਾ ਕੁਝ ਲਿਖਿਆ ਆ ਬਹੁਤ ਜਿਆਦਾ ਕੁਝ Nehru Gandhi ਪਰਿਵਾਰ ਦੇ ਬਾਰੇ ਕਾ ਬਤਾ ਪੰਜਾਬੀ ਚੰਨਾ ਬੰਡੇ ਰੇੜੀਆਂ ਮੋੜ-ਮੋੜ ਆਪਣੇਆਂ ਨੂੰ ਆਪਾਂ ਕਿੰਨੇ ਨੇ ਆਪਾਂ ਕੀ ਲੈਣਾ ਚਲੋ ਘਟੋ ਘਟ ਪਤਾ ਤਾਂ ਹੋਣਾ ਚਾਹੀਦਾ ਆ ਜੀ 네ਰੂ ਦਾ ਭਰਾ ਦਾ ਮੁੰਡਾ ਬ੍ਰਜ ਕੁਮਾਰ 네ਰੂ ਇਹਨੂੰ ਕੀ ਹੋਣ ਲੱਪਿਆ ਲੱਟਾ ਮਾਰ ਲੱਪਿਆ ਨੂਰ ਮਹਿਲ ਵਾਲੇ ਬਾਬੇ ਵਾਂਗੂ ਠੀਕ ਹੋ ਗਿਆ ਬ੍ਰਜ ਕੁਮਾਰ 네ਰੂ ਪਈ ਉਹ ਹੀ ਇੰਨਾ ਬੰਡੇ ਰੇੜੀਆਂ ਮੋੜ-ਮੋੜ ਆਪਣੇਆਂ ਨੂੰ ਇਹਨੇ ਕੀ ਕੀਤਾ ਚੱਕ ਪੁੱਤ ਕੀ ਚਾਹੀਦਾ ਤੂੰ 네ਰੂ ਦਾ ਭਤੀਜਾ ਕੀ ਚਾਹੀਦਾ ਹੁੰਦਾ ਨਹੀਂ ਭਈ ਤੂੰ ਮਤਲਬ ਸਾਡਾ ਰਿਸ਼ਤੇਦਾਰ ਦੱਸ ਕੀ ਚਾਹੀਦਾ ਹਨਾ ਚਾਹੀਦਾ ਵੀ ਚੱਕ ਅੰਬੈਸਡਰ ਬਣਾਤਾ ਅਮਰੀਕਾ ਦਾ ਹੈ 68 ਤੋਂ 68 ਤੱਕ ਅੰਬੈਸਡਰ ਰਿਹਾ ਅਮਰੀਕਾ ਦਾ ਨਾਲ ਉੱਥੇ ਦਾ ਰਾਸ਼ਟਰਪਤੀ ਉਸ ਵੇਲੇ ਦਾ ਜohn ਕਨੇਡੀ ਹੈ ਨਾ ਤੇ 68 ਤੋਂ 68 ਤੱਕ ਅਮਰੀਕਾ ਦਾ ਅੰਬੈਸਡਰ ਬਣਾਈ ਰੱਖਿਆ ਫਿਰ ਬਾਅਦ ਚ ਇੰਗਲੈਂਡ ਚ ਹਾਈ ਕਮਿਸ਼ਨਰ ਭਾਰਤ ਦਾ ਬਣਾਤਾ ਉਹੀ ਨਹਿਰੂ ਦਾ ਭਤੀਜਾ ਸੀ ਜਿੱਦੜ ਨਮੂਹ ਕਰਦਾ ਚਲੋ ਠੋਕ ਦੋ ਹੈ ਨਾ ਵੀ ਕੋਈ ਜ਼ਰੂਰੀ ਨਹੀਂ ਵੀ ਤੂੰ ਇੰਨਾ ਪੜਿਆ ਚਾਹੀਦਾ ਆ ਚਾਹੀਦਾ ਵੀ ਕਹਿੰਦਾ ਮਤਲਬ ਇਸ ਤਰ੍ਹਾਂ ਸ਼ੁਰੂ ਤੋਂ ਹੁੰਦਾ ਆ ਲੋਕਾਂ ਦੇ ਨਾਲ ਹੈ ਨਾ ਤੇ ਅੱਗੇ ਦੇਖੋਨਾ ਚਲੋ ਇਹ ਤਾਂ ਵੈਸੇ ਇਹਨਾਂ ਦੀ ਆਪਣੀ ਜ਼ਿੰਦਗੀ ਆ ਹਨਾ ਇਹ ਵੈਸੇ ਕਈਆਂ ਨੇ ਦੇਖੀ ਵੀ ਹੋਈ ਕਈ ਖਵਾਰਾਂ 'ਚ ਆਈਓ ਹਨਾ ਵੀ ਮੈਂ ਪਹਿਲੀ ਵਾਰ ਤਾਂ ਸ਼ੇਅਰ ਕਰਨੀ ਲੱਗਾ ਸ਼੍ਰੀਮਤੀ ਸੋਨੀਆ ਗਾਂਧੀ ਜੀ ਦਾ ਪਹਿਲਾ ਦੋਸਤ ਸੀ ਫ੍ਰੈਂਕੋ ਲੂਸੀਆਨੋ ਇਟਾਲੀਅਨ ਫੁੱਟਬਾਲ ਪਲੇਅਰ ਹੋਇਆ ਹਨਾ ਚਲੋ ਅਗਲੀ ਦੀ ਜ਼ਿੰਦਗੀ ਜੋ ਮਰਜੀ ਹਨਾ ਵੈਸੇ ਮਤਲਬ ਸਾਨੂੰ ਤੱਥ ਦੱਸਦਾ ਹਨਾ ਵੀ ਇੱਕ ਮਧਵਰਾਉ ਸਿੰਧਿਆ ਹੋਇਆ ਇੱਥੇ ਇੰਡੀਆ ਦਾਈ ਉਹਦਾ ਪਲੇਨ ਕ੍ਰੈਸ਼ ਹੋ ਗਿਆ ਪਲੇਨ ਕ੍ਰੈਸ਼ ਹੋਇਆ ਜਾਂ ਕਰਾਇਆ ਗਿਆ ਉਸਦੀ ਸੋਨੀਆ ਗਾਂਧੀ ਨਾਲ ਸੋਨੀਆ ਗਾਂਧੀ ਦੇ ਹਰਜੀਵ ਗਾਂਧੀ ਨਾਲ ਵਿਆਹ ਤੋਂ ਪਹਿਲਾਂ ਦੀ ਇੰਗਲੈਂਡ ਦੀ ਦੋਸਤੀ ਸੀ ਮਦਭਰਾਉ ਸਿੰਧੀਆਂ ਨੂੰ ਕਿਉਂ ਮਰਵਾਇਆ ਗਿਆ ਮਰਿਆ ਜਾਂ ਮਰਵਾਇਆ ਗਿਆ ਪਲੇਨ ਕ੍ਰੈਸ਼ ਹੋਇਆ ਉਹਦਾ ਜਿਹੜਾ ਹੋਇਆ ਜਾਂ ਕਰਾਇਆ ਗਿਆ ਹਨਾ ਤੇ ਅੱਗੇ ਦੋ ਬਾਕੀ ਪੰਜਾਬ ਦੀ ਵੀ ਗੱਲ ਕਰਦੇ ਆ ਇਹ ਜੀ ਬੀ ਕ੍ਰਿਸ਼ਨਨ ਮੈਨਨ ਭਾਰਤ ਦਾ ਰੱਖਿਆ ਮੰਤਰੀ ਸੀ ਨਾਲ ਚਾਚਾ ਨਹਿਰੂ ਚਾਚਾ ਤੇ ਇਹ ਦੇਖੋ ਹੁਣ ਮੈਂ ਤੁਹਾਨੂੰ ਆ ਹੈਗਾ ਕੁਬੇਂਦਰਾ ਕੁਛ ਇਦਾਂ ਦਾ ਹੀ ਤਾਂ ਨਾਂ ਔਖਾ ਜਿਹਾ ਸੀ ਹਨਾ ਭਈ ਇਹ ਬੰਦੇ ਦਾ ਹਨਾ ਭਈ ਇਹ ਮੁਖੀ ਸੀ ਉਸ ਵੇਲੇ ਆਪਣੀ ਸੈਨਾ ਦਾ ਜੋ ਵੀ ਹੈ ਨਾ ਕਾਟਵਾੜ ਵੇਲੇ ਚੀਨ ਨਾਲ ਜੰਗ ਵੇਲੇ ਕ੍ਰਿਸ਼ਨ ਮੈਨਾ ਨਹਿਰੂ ਤੇ ਇਹ ਕੌਣ ਆ ਨਾਲ ਇਹ ਆ ਜੀ ਸਤਿਆਜੀਤ ਸਿੰਘ ਮਜੀਠੀਆ ਇਹ ਜਿਹੜੇ ਮਜੀਠੀਏ ਕਾਂਗਰਸ ਨੂੰ ਬਾਲਟੀਆਂ ਭਰ-ਭਰ ਗਾਲਾਂ ਦਿੰਦੇ ਆ ਇਹਨਾਂ ਦਾ ਆਪਣਾ ਬਾਪੂ ਦਾ ਨਹਿਰੂ ਜੀ ਸਰਕਾਰ ਵੇਲੇ ਡਿਪਟੀ ਡਿਫੈਂਸ ਮਿਨਿਸਟਰ ਸੀ ਤੇ ਦੂਜਾ ਪ੍ਰਕਾਸ਼ ਸਿੰਘ ਬਾਦਲ 1957 ਚ ਮਲੋਟ ਤੋਂ ਪਹਿਲੀ ਵਾਰ ਕਾਂਗਰਸ ਦਾ ਉਮੀਦਵਾਰ ਚੋਣ ਲੜਿਆ ਵਿਧਾਨ ਸਭਾ ਚ ਪਹਿਲੀ ਵਾਰ ਪ੍ਰਕਾਸ਼ ਸਿੰਘ ਬਾਦਲ ਕਾਂਗਰਸ ਦੇ ਉਮੀਦਵਾਰ ਵਜੋਂ ਮਲੋਟ ਤੋਂ ਗਿਆ ਸੀ ਤੇ ਜਿਹੜਾ ਦੂਜਾ ਮਜੀਠੀਆ ਉਹਦੇ ਸਤਿਆਜੀਤ ਸਿੰਘ ਮਜੀਠੀਆ ਜੀ ਤੇ ਨਹਿਰੂ ਦੇ ਖਾਸ ਯਾਰ ਸੀਗੇ ਡਿਪਟੀ ਡਿਫੈਂਸ ਮਿਨਿਸਟਰ ਪਏ ਵੀ ਕਹਿੰਦਾ ਮਤਲਬ ਵੀ ਸਾਨੂੰ ਲੋਕਾਂ ਨੂੰ ਸ਼ੁਰੂ ਤੋਂ ਹੀ ਹੁਣ ਮੈਂ ਕਿਹੜਾ ਸ਼ਬਦ ਵਰਤੋ ਕਰਾਂ ਹਨਾ ਪਰਿਵਾਰ ਸੁਣਦੇ ਸਾਰੇ ਹਨਾ ਵੀ ਤੁਸੀਂ ਆਪ ਹੀ ਸਮਝ ਗਏ ਵੀ ਕਿਸ ਤਰ੍ਹਾਂ ਸਾਨੂੰ ਛਦਾਈ ਬਣਾਇਆ ਜਾ ਰਿਹਾ ਤੇ ਅਸੀਂ ਬਣੀ ਜਾ ਰਹੇ ਹਾਂ ਹੁਣ ਇੰਦੀ ਭਗਾਈ ਮਾਰਦਾ ਮਾਰੀ ਜਾਵੇ ਹਨਾ ਇੱਕ ਸੈਕਿੰਡ ਹੋਰ ਦਿਹੋਲਾ ਹਿੰਦੀ ਹੈ ਨਾ ਵੀ ਮੈਨੂੰ ਘਰ ਦੇ ਵੀ ਰੋਗ ਦੇ ਵੀ ਮੈਂ ਕਿਹਾ ਯਾਰ ਨਹੀਂ ਚੱਲ ਜਿਉਂ ਹੁੰਦਾ ਦੇਖੀ ਜਾਊ ਵੀ ਜਿੱਦਾਂ ਨਹੀਂ ਮੈਂ ਖਬਰਾਂ ਪਾਉਣਾ ਵੀ ਮਤਲਬ ਜੇ ਮੈਂ ਇੰਡੀਆ ਗਿਆ ਇੰਡੀਆ ਤਾਂ ਉਦੋਂ ਹੀ ਹਰ ਇੱਕ ਦੀ ਜਵਾਬਾ ਠੋਕੀ ਜਾਂਦੇ ਮੈਂ ਗਿਆ ਮੈਂ ਤਾਂ ਉਦੋਂ ਹੀ ਚੱਕ ਲੈਣਾ ਵੀ ਬਾਈ ਤੂੰ ਆ ਖਬਰਾਂ ਦਿੱਤੀਆਂ ਮੈਂ ਤਾਂ ਕਿਸੇ ਵਿਰੁੱਧ ਕੋਈ ਕੂੜ ਪ੍ਰਚਾਰ ਵੀ ਨਹੀਂ ਕੀਤਾ ਕਿਸੇ ਨੂੰ ਪੜਕਾਇਆ ਵੀ ਨਹੀਂ ਹਨਾ ਵੀ ਕਹਿਣ ਦਾ ਮਤਲਬ ਮੈਨੂੰ ਕੀ ਲੋੜ ਆ ਹੁਣ ਮੈਂ ਗੱਲ ਛਿਕਬੇ ਤੇ ਹੁਣ ਆ ਜਾਨੇ ਕੱਲ ਮੈਂ ਕਿਹਾ ਸੀ ਵੀ ਬਾਈ ਨਮਾ ਰੇਡੀਓ ਖੋਲਿਆ ਵੀ ਤੁਹਾਡੇ ਸਹਿਯੋਗ ਦੀ ਲੋੜ ਆ ਹਨਾ ਤੇ ਮੈਂ ਪੈਸੇ ਮੰਗਦਾ ਨਹੀਂ ਮੈਂ ਕਹਿੰਦਾ ਜੇ ਤੁਹਾਨੂੰ ਲੱਗਦਾ ਮੇਰੀ ਮਿਹਨਤ ਆ ਭਈ ਮੈਨੂੰ ਜਜ਼ਰਬ ਕਰਦਾ ਤੇ ਦੋ ਹਨਾ ਤੇ ਜਸਟ ਇੱਕ ਬੰਦੇ ਨੇ ਕੀਤਾ ਤੇ ਉਹਨਾਂ ਦਾ ਨਾਮ ਸੀ ਜੀ ਪਰਸ਼ੋਤਮ ਲਾਲ ਜੀ ਤੇ ਸ਼ੁਕਰੀਆ ਪਰਸ਼ੋਤਮ ਲਾਲ ਜੀ ਤੁਹਾਡਾ ਤੇ ਪਿਛਲੇ ਵੀ ਇੱਕ ਗਰਜੀਤ ਸਿੰਘ ਗਲੈਂਡ ਤੋਂ ਤੇ ਲਖਵਿੰਦਰ ਸਿੰਘ ਆਸਟ੍ਰੇਲੀਆ ਤੋਂ ਨਹੀਂ ਕੀਤਾ ਹਨਾ ਤੇ ਕਹਿਣ ਦਾ ਮਤਲਬ ਆ ਭਈ ਕਿ ਜਿਹੜੇ ਕਹਿੰਦੇ ਰਹਿੰਦੇ ਆ ਭਈ ਨੈਟ ਤੋਂ ਹੀ ਚੱਕ ਕੇ ਮੈਂ ਵੀ ਬੋਲਦਾ ਰਹਿੰਦਾ ਕੱਲ ਮੈਂ ਵੀਡੀਓ ਪਾਈ ਸੀ 15 ਅਗਸਤ ਦੇ ਤੱਥਾਂ ਦੀ ਉਹ ਸਾਰਾ ਕੁਝ ਤੁਹਾਡੇ ਸਾਹਮਣੇ ਵੀ ਲਿਆਂਦਾ ਗਿਆ ਤੁਸੀਂ ਮੈਂ ਤੁਹਾਨੂੰ ਟਾਈਮ ਦਿੰਨਾ ਅੱਧਾ ਘੰਟਾ ਘੰਟੇ ਜੋ ਸਾਰੇ ਤੱਥ ਤੁਸੀਂ ਸਾਰੇ ਸੁਣ ਵੀ ਲਓ ਕਾਪੀ ਤੇ ਲਿਖ ਵੀ ਲਓ ਕੱਢ ਕੇ ਤਸਵੀਰਾਂ ਮੈਨੂੰ ਲਿਆ ਕੇ ਦੱਸ ਦਿਓ ਬਾਈ ਮਿਹਨਤ ਬੜੀ ਲੱਗਦੀ ਹੈ ਉਦਾਂ ਹੀ ਤੁਹਾਨੂੰ ਲੱਗਦਾ ਰਹਿੰਦਾ ਵੀ ਨੈਟ ਤੋਂ ਚੱਕੀਆਂ ਤੇ ਹਨਾ ਕਰਤੀਆਂ ਹੁਣ ਜੇ ਤੁਹਾਨੂੰ ਪਤਾ ਹੋਊ ਵੀ ਸਤਿਆਜੀਤ ਮਜੀਠੀਆ ਕੌਣ ਸੀ ਫੇਰੇ ਹੀ ਤੁਸੀਂ ਕਰੋਗੇ ਵੀ ਉਹਦੇ ਨਹਿਰੂ ਨਾਲ ਕੀ ਹਿਸਾਬ ਕਿਤਾਬ ਸੀ ਹਨਾ ਜਦੋਂ ਪਤਾ ਹੀ ਨਹੀਂ ਉਦਾਂ ਹੀ ਥੋੜੋ ਦਿਮਾਗ ਚ ਆਇਆ ਤੇ ਤੁਸੀਂ ਟਾਈਪ ਕਰਤਾ ਤੇ ਸਾਰਾ ਕੁਝ ਨਿਕਲ ਗਿਆ ਹਨਾ ਤੇ ਹੋਰ ਦਿਖਾਉਣਾ ਤੁਹਾਨੂੰ ਤੇ ਦੂਜੀ ਗੱਲ ਪੈਸੇ ਕਮਾਉਣ ਦੀ ਹਨਾ ਪੈਸੇ ਮੰਗਦਾ ਕਈਆਂ ਨੂੰ ਹਰ ਇੱਕ ਦਾ ਆਪਣੀ ਸੋਚ ਹੈ ਬਲੌਗ ਮੈਂ ਕਿਸੇ ਨੂੰ ਨਹੀਂ ਕਰਦਾ ਪੈਸੇ ਮੰਗਦਾ ਤੇ ਮੈਂ ਪੈਸੇ ਕਮਾ ਵੀ ਸਕਦਾ ਤੁਹਾਡੇ ਮੰਗੇ ਤੋਂ ਬਿਨਾ ਕਿਦਾਂ ਆਦੇ ਜੀ ਕੈਨੇਡਾ ਦੀ ਸਰਕਾਰ ਦਾ ਨਵਾਂ ਰੂਲ ਆਇਆ 2 ਦਿਨ ਹੋ ਗਏ ਆ ਹਨਾ ਪੀ ਜਿਹੜੇ ਵੀ ਰਫਿਊਜੀ ਸੀ ਮੋਰੇ ਕੰਮ ਕਰਦੇ ਸੀ ਹੈਲਥ케ਅਰ ਚ ਉਹਨਾਂ ਨੂੰ ਪੀਆਰ ਦੇਣ ਲੱਪੀ ਕੈਨੇਡਾ ਦੀ ਸਰਕਾਰ ਕੈਨੇਡਾ ਜੋ ਇਮੀਗ੍ਰੇਸ਼ਨ ਮਿਨਿਸਟਰ ਆ ਮਾਰਕੋ ਮੈਂਦੀਸੀਨ ਉਹ ਆਤਾ ਉਹ ਆਤਾ ਆਪ ਇਟਾਲੀਆ ਦੇ ਹਨ ਇਹਨਾਂ ਦਾ ਪਰਿਵਾਰ ਇਟਾਲੀਆ ਦਾ ਸਰਕਾਰ ਨੇ ਰੂਲ ਬਣਾਤਾ ਆ 2 ਦਿਨ ਪੁਰਾਣੀ ਖਬਰ ਆ ਟੂਡੇ ਆ ਲਿਖਿਆ ਇਨੀ ਆਪ ਟਵੀਟ ਕੀਤਾ ਪੀ ਜਿਹੜੇ ਜਿਹੜੇ ਰਫਿਊਜੀਆ ਨੇ ਆ ਕੋਵਿਡ 19 ਵਿਲੇ ਮਾਰਚ ਤੋਂ ਲੈ ਕੇ ਹੁਣ ਤੱਕ 120 ਘੰਟੇ ਕੋਸ਼ਿੱਦਾਂ ਦਾ ਸਿਸਟਮ ਆ ਪੀ ਕੰਮ ਕੀਤਾ ਮੋਰੇ ਨਰਸਾ ਹੋਣ ਨੈਨੀ ਹੋਣ ਹਨਾ ਜਿਨ੍ਹਾਂ ਦੀ ਦੇਖਭਾਲ ਕੀਤੀ ਜਿਨ੍ਹਾਂ ਨੇ ਰਿਫਿਊਜੀ ਦਾ ਸਟੇਟਸ ਲਿਆ ਸੀ ਕੈਨੇਡਾ ਚ ਆ ਕੇ ਉਹਨਾਂ ਨੂੰ ਕੈਨੇਡਾ ਦੀ ਸਰਕਾਰ ਪੀਆਰ ਦੇਣ ਲੱਗੀ ਆ ਤੇ ਜੀ ਮੈਂ ਵੀਡੀਓ ਕਰ ਦੂੰ ਪ੍ਰੋਪਰ ਵੀ ਕੀ ਕੀ ਚਾਹੀਦਾ ਹਨਾ ਆ ਥੱਲੇ ਕਲਿੱਕ ਕਰਦੇ ਤੇ ਸਾਰਾ ਨਿਕਲਿਆ ਆਉਂਦਾ ਸੀ ਉਹ ਐਸੀ ਵੀਡੀਓ ਚ ਮੈਂ ਸ਼ੋ ਨਹੀਂ ਕਰਨਾ ਵੀਡੀਓ ਮਗਰ ਜਿਆਦਾ ਲੰਬੀ ਨਾ ਹੋ ਜਵੇ ਤੇ ਗੱਲ ਉਹ ਆ ਗਈ ਵੀ ਪੈਸੇ ਮੰਗਦਾ ਪੈਸੇ ਕਮਾਉਣੇ ਹੋਣ ਮੈਂ ਕਿਹਾ ਸੀ ਵੀ ਬਾਈ ਪੰਜ ਕਾਰ ਪੇਂਟਰਾਂ ਦੀਆਂ ਐਲ ਐਮਓ ਆ ਮੁਕਤ ਦਿੱਤੀਆਂ ਜਾਣੀਆਂ 40-50 ਹਜ਼ਾਰ ਦੀ ਮਿਲਦੀ ਕਿਸੇ ਨੂੰ ਪੁੱਛ ਲਿਓ ਸਰੀ ਚ ਰੇਡ ਤਿੰਨ ਜਣਿਆਂ ਨੂੰ ਬਿਨਾਂ ਪੈਸਿਆਂ ਦੀਆਂ ਦਿੱ ਮੈਨੂੰ ਮੈਸੇਜ ਕਰਦਣ ਦੋ ਜਣਿਆਂ ਨੂੰ ਹੋਰ ਕਾਰਪੇਂਟਰ ਦੀ ਐਲ ਐਮਓ ਬਿਨਾ ਪੈਸੇ ਤੋਂ ਤੇ ਨਾਲੇ ਕੰਮ ਵੀ ਤੇ ਨਾਲੇ ਬੰਦਾ ਪੀਆਰ ਵੀ ਕਰਾਊਗਾ ਪੈਸੇ ਕਮਾਉਣੇ ਹੁਣ ਮੈਂ ਇਦਾਂ ਕਮਾ ਲਵਾਂ ਮੈਨੂੰ 3600 ਇੱਥੇ ਬਾਬੇ ਪਖੰਡੀ ਕਰਦੇ ਆਂ ਵੀ ਸਾਡੀ ਐਡ ਕਰਦੇ ਜਿੱਦਾਂ ਬਾਕੀ ਚੈਨਲਾਂ ਵਾਲੇ ਕਰਦੇ ਆ ਐਡ ਮੈਂ ਕਰ ਦਵਾ ਪੰਜਾਬ ਚ ਕਿੰਨੇ ਏਜੰਟ ਆ ਅਖੇ ਜੀ 3 ਲੱਖ ਚ ਕੈਨੇਡਾ 2 ਲੱਖ ਚ ਅਮਰੀਕਾ 5 ਲੱਖ ਚ ਇੰਗਲੈਂਡ ਮੇਰੇ ਨਾਲ ਕਿਹੜਾ ਕੰਟੈਕਟ ਨਹੀਂ ਕਰਦੇ ਮੇਰੀਆਂ ਵੀਡੀਓ 5 5 7 7 ਲੱਖ ਲੋਕ ਦਿੱਲੀ ਦੇਖਦੇ ਆ ਮੇਰਾ ਕੰਟੈਕਟ ਨਹੀਂ ਕਰਦੇ ਕਿਤੇ ਮੈਂ ਨਾ ਕਰ ਦਿੰਦਾ ਮੈਂ ਕਿਹਾ ਯਾਰ ਲੋਕਾਂ ਨੇ ਮੇਤੇ ਯਕੀਨ ਬਣਿਆ ਆ ਮੈਂ ਨਹੀਂ ਕਰਨੀ ਐਡ ਹਨਾ ਮੈਂ ਕਿਹਾ ਜੇ ਮੈਨੂੰ ਪੈਸੇ ਚਾਹੀਦੇ ਹੁਣ ਹੁਣ ਮੈਨੂੰ 3 ਸਾਲ ਚ ਮੈਂ ਕਦੀ ਨਹੀਂ ਪੈਸੇ ਆਂਦੇ ਕਿਹਾ ਹੁਣ ਮੇਰਾ ਰੇਡੀਓ ਤੇ ਹੋ ਗਿਆ ਖਰਚਾ ਹਨਾ ਨੰਬਰ ਮਤਲਬ ਵੈਬਸਾਈਟ ਬਣਾਈ ਨੰਬਰ ਲਏ ਸੁਣਨ ਵਾਲੇ ਕਾਦਰ ਨਾਲੇ ਗਾਣੇ ਚੱਲਦੇ ਸਰਵਰ ਚੱਲਦੇ ਹਨਾ ਸਰਵਰ ਮੇਰੇ ਘਰ ਤਾਂ ਪਿਆ ਨਹੀਂ ਜਿਹੜਾ ਚੱਲੀ ਜਾਂਦਾ ਹੁਣ ਮੈਂ ਇੱਥੇ ਵੀਡੀਓ ਕਰਨ ਡਿਆ गाने ਚੱਲਦੇ ਪੈ ਰੇਡੀਓ ਤੇ ਮੈਂ ਤਾਂ ਚਲਾਉਂਦਾ ਨਹੀਂ ਉਹ ਸਰਵਰ ਆ ਉਹਨਾਂ ਦੇ ਖਰਚੇ ਹਨਾ ਵੀ ਬਹੁਤ ਜ਼ਿਆਦਾ ਖਰਚੇ ਹੋ ਗਏ ਮੈਂ ਤਾਂ ਭਰਾਵੋ ਤੁਹਾਡਾ ਸੋਚ ਕੇ ਵੀ ਹਾਂ ਯਾਰ ਵੀ ਕਰ ਹੀ ਦੇਣੀ ਮਦਦ ਹਨਾ ਵੀ ਕੋਈ 2 ਡਾਲਰ ਤੋਂ ਕੋਈ 5 ਦੂਪਈਆ ਹਨਾ ਜੋ ਖਰਚਾ ਹੋਇਆ ਹੋ ਜੂ ਪਰ ਮੈਂ ਤਾਂ ਸੱਚੀ ਡਿਫਰੈਂਸ ਚ ਚੱਲਾਂ ਭਰਾਵੋ ਮੈਂ ਤਾਂ ਮਤਲਬ ਮੈਂ ਤਾਂ ਲਾਹਦਾ ਵੀ ਮੈਂ ਗਲਤ ਸਟੈਪ ਲੈ ਲਿਆ ਕੰਮ ਵਾਲੇ ਨੂੰ ਵੀ ਮਜਬੂਰ ਦੇ ਤਾਂ ਮਗਾ ਭਰਾਵੋ ਆਪਣਾ ਕੰਮ ਖੋ ਲਿਆ ਕੋਈ ਨਹੀਂ ਹਨਾ ਵੀ ਹੈਗੇ ਪਿਆਰ ਕਰਦੇ ਲੋਕ ਪਰ ਚਲੋ ਕੋਈ ਨਹੀਂ ਦੇਖੀ ਜਾਉ ਤੇ ਵੀ ਇਹ ਗੱਲ ਆ ਵੀ ਪੈਸੇ ਕਮਾਉਣੇ ਹੋਣ ਮੇਰੇ ਤੋਂ ਹੋਰ ਵੀ ਜਰੀਏ ਹੈਗੇ ਪਰ ਕੋਈ ਦੀਨਮਾਨੇ ਜਮੀਰ ਵੀ ਹੁੰਦਾ ਨਹੀਂ ਦਿਲ ਮੰਦਾ ਮੇਰਾ ਬਾਕੀ ਜਾਂਦੇ ਜਾਂਦੇ ਕੋਈ ਨਹੀਂ ਆ ਰੇਡੀਓ ਤੇ ਆਉਨੇ ਇੱਕ ਘੰਟੇ ਤੱਕ ਤੇ ਆਹਾ ਆ ਜੀ ਤੇ ਐਪ ਬਣ ਗਈ ਐਂਡਰੋਇਡ ਦੀ ਉਹ ਤੁਹਾਨੂੰ ਦਿਨਾਂ ਸ਼ਾਮ ਨੂੰ ਲਿੰਕ ਤੇ ਐਪਲ ਦੀ ਵੀ ਇੱਕ ਦੋ ਦਿਨ ਚ ਤਿਆਰ ਹੋ ਜਾਣੀ ਆ ਤੇ indi radio.ca ਇੱਕ ਘੰਟੇ ਤੱਕ ਮਿਲਦੇ ਆ ਉੱਥੇ ਕਰਿਓ ਕੌਲਾ ਲਾਉਨੇ ਰੌਣਕਾ ਤੇ ਹਾਂਜੀ ਇਹ ਸੀ ਹਿਸਾਬ ਕਿਤਾਬ ਭਈ ਮਤਲਬ ਭਈ ਓਕੇ ਸਾਰਿਆਂ ਸਤਿ ਸ਼੍ਰੀ ਅਕਾਲ ਮਿਲਦੇ ਆ ਰੇਡੀਓ ਤੇ ਘੰਟੇ ਬਾਅਦ ਪਈ ਮੈਨੂੰ ਵੀ ਫਿਰ ਮੈਂ ਹੁਣ ਨਹੀਂ ਹੈ ਨਾ ਜਦੋਂ ਤੁਹਾਡੀ ਸਪੋਰਟ ਹੀ ਨਹੀਂ ਉਹੀ ਗੱਲ ਆ ਪਈ ਗੱਲ ਸੁਣੋ ਮੈਂ ਹਨਾ ਪਈ ਆਪਾਂ ਪੰਜਾਬੀ ਕਿਦਾਂ ਕਬੱਡੀਆਂ ਦੇ 10-10 ਲੱਖ ਰੁਪਏ ਦੀ ਰੇਟ ਲਾ ਦਿੰਨੇ ਆ ਉਹ ਤੇ ਆ ਕਰ ਦਿੰਨੇ ਕਲਾਕਾਰਾਂ ਤੇਨੇਨੇ ਲੱਖ ਰੁਪਏ ਉਹੀ ਗੱਲ ਆ ਪਈ ਜਿਹੜਾ ਬੰਦਾ ਡਿਜ਼ਰਵ ਕਰਦਾ ਹੁੰਦਾ ਕੋਈ 10 ਲੱਖ ਦੀ ਰੇਟ ਡਿਜ਼ਰਵ ਕਰਦਾ ਤਾਂ ਹੀ ਅਗਲੇ ਤੇ 10 ਲੱਖ ਰੁਪਈਆ ਲੱਗਦਾ ਮੈਂ ਨਹੀਂ ਕਰਦਾ ਤੁਹਾਡੇ ਪੰਜ ਵੀ ਡਾਲਰ ਡਿਜ਼ਰਵ ਤੁਸੀਂ ਨਹੀਂ ਦਿੱਤੇ ਠੀਕ ਆ ਮੇਰਾ ਬਹਿਮ ਸੀ ਵੀ ਬਈ ਹਾਂ ਮੈਂ ਬਹੁਤ ਵਧੀਆ ਚੀਜ਼ਾਂ ਚੱਕ ਕੇ ਲਿਆਉਣਾ ਹਨਾ ਜਿਹੜੀਆਂ ਕਿਸੇ ਨੇ ਨਹੀਂ ਦੇਖੀਆਂ ਬਹਿ ਮੇਰਾ ਨਿਕਲ ਗਿਆ ਗੱਲ ਖਤਮ ਹਨਾ ਤੇ ਓਕੇ ਮਿਲਦੇ ਆਂ ਜੀ ਰੇਡੀਓ ਤੇ ਤੇ ਆ ਜਿਓ ਘੰਟੇ ਤਾਂ ਹੀ ਕਰਿਓ ਸਾਰੇ ਕੱਲ ਆ ਤੇ ਕੋਈ ਨਹੀਂ ਹੱਸਦੇ ਰਹੋ ਬਸਦੇ ਰਹੋ ਕਰ ਦਿਓ ਗਰੁੱਪਾਂ ਚ ਸ਼ੇਅਰ ਤੇ ਬਾਕੀ ਆ ਤੇ ਇੱਕ ਗੱਲ ਹੋਰ ਸ਼ਾਇਦ ਮੈਂ ਵੀਡੀਓ ਚ ਕਹਿ ਤੀ ਕਿ ਨਹੀਂ ਮੈਨੂੰ ਇੱਕ ਸੈਕਿੰਡ ਦੇਖ ਲੈ ਲੰਦੋ ਕਹਤੀ ਹੁਣੀ ਆ ਚਲੋ ਨਹੀਂ ਕੱਲ ਨੂੰ ਕਹਦੇ ਨੂੰ ਜੇ ਕੋਈ ਰਹਿ ਗਿਆ ਤੇ ਤੁਹਾਡਾ ਆਪਣਾ ਇੰਦੀ ਚ ਸਵਾਲ ਤੇ ਪ੍ਰਿੰਟ ਨਰੂੜ ਅਧਿਉਸ਼ ਕਰ ਦਿਓ ਸ਼ੇਰ